सो so, गर्मी बहुत ज्यादा है असी छुट्टिया बच्ची दुट्टियां चल रही हैं और अः सारे कितना कितने प्रोग्राम बनाने कई बार वाटर पार्क भी जाने कई बार हिली स्टेशन से जाने गर्मी के मौसम में सन टैनिंग हो जाती है तो अजेज का भी ख्याल कि में रखिए इस पर अज की वीडियो है ताकि अपनी अः गर्मिया दुट्टियां घूम फिर के खूबसूरत बनाई रहे हो अपने चेहरे की वजह जी देखभाल करके अपने चेहरे को भी खूबसूरत जरूर बना के रखो सो बहुत ही आसान जी होम रैमेडी अचानक मैं दसन जा रही हूँ एक ਕਲੀਨਜ਼ਰ اور ਇੱਕ ਫੇਸ ਪੈਕ ਤੁਹਾਨੂੰ ਮੈਂ ਦੱਸਣ ਜਾ ਰਹੀ ਹਾਂ ਤਾਂ ਕਿ ਜਿਨ੍ਹਾਂ ਨੂੰ ਸਨ ਟੈਨਿੰਗ ਹੋ ਗਈ ਹੈ ਸਨ ਬਰਨ ਹੋ ਗਿਆ ਹੈ ਜਾਂ ਫੇਸ ਉੱਪਰ ਕਿਸੇ ਵੀ ਤਰ੍ਹਾਂ ਦੀ ਗਰਮੀ ਨੂੰ ਲੈ ਕੇ ਪ੍ਰੋਬਲਮ ਚੱਲ ਰਹੀ ਹੈ ਤਾਂ ਇਹ ਜਿਹੜੀ ਹੋਮ ਰੈਮਡੀ ਹੈ ਤੁਹਾਡੇ ਲਈ ਬਹੁਤ ਹੀ ਵਧੀਆ ਰਹਿਣ ਵਾਲੀ ਹੈ ਸਭ ਤੋਂ ਪਹਿਲਾਂ ਆਪਾਂ ਕਲੀਨਜ਼ਰ ਦੀ ਗੱਲ ਕਰ ਰਹੇ ਹਾਂ ਕਾਦੇ ਵਿੱਚ ਦੁੱਧ ਹਰੇਕ ਘਰ ਵਿੱਚ ਹੁੰਦਾ ਹੈ ਕੱਚਾ ਦੁੱਧ ਲਓ ਕੱਚੇ ਦੁੱਧ ਦੇ ਵਿੱਚ ਤੁਸੀਂ ਰੋਜ਼ ਵਾਟਰ ਥੋੜਾ ਜਿਹਾ ਮਿਕਸ ਕਰੋ ਇਹਨਾਂ ਦੋਵਾਂ ਚੀਜ਼ਾਂ ਨੂੰ ਮਿਕਸ ਕਰਕੇ ਕਾਟਨ ਦੀ ਮਦਦ ਦੇ ਨਾਲ ਤੁਸੀਂ ਆਪਣੇ ਫੇਸ ਤੇ ਲਗਾਓ ਥੋੜਾ ਜਿਹਾ ਲਗਾ ਕੇ ਰੱਖੋ ਔਰ ਫੇਸ ਜਿਹੜਾ ਹੈ ਤੁਸੀਂ ਜਦੋਂ ਫੇਸ ਨੂੰ ਰਗ ਕਰਕੇ ਦੇਖੋਗੇ ਕਾਟਨ ਦੇ ਨਾਲ ਪੂੰਝੋਗੇ ਤਾਂ ਉਸ ਉੱਪਰ ਤੁਹਾਨੂੰ ਡਸਟ ਨਜ਼ਰ ਆਏਗੀ ਸਾਫ਼ ਤੌਰ ਤੇ इवन ਅਗਰ ਤੁਸੀਂ ਫੇਸ ਵਾਸ਼ ਕਰਨ ਤੋਂ ਬਾਅਦ ਵੀ ਇੱਕ ਕਲਿੰਜ਼ਰ ਅਪਲਾਈ ਕਰ ਦਿਓ ਦੁੱਧ ਆਪਣੇ ਆਪ ਦੇ ਵਿੱਚ ਕੁਝ ਅਜਿਹੀਆਂ ਖਾਸ ਪ੍ਰੋਪਰਟੀਆਂ ਰੱਖਦਾ ਹੈ ਜੋ ਸਾਡੀ ਸਕਿਨ ਨੂੰ ਬਹੁਤ ਬੈਨੀਫਿਟ ਦਿੰਦੇ ਆ ਔਰ ਜਿਹੜਾ ਵੀ ਸਨ ਸਨ ਬਰਨ ਹੋਇਆ ਹੁੰਦਾ ਹੈ ਜਾਂ ਸਕਿਨ ਡੈਮੇਜ ਹੋ ਰਹੀ ਹੁੰਦੀ ਹੈ ਉਸ ਨੂੰ ਰਿਕਵਰ ਕਰਨ ਦੇ ਵਿੱਚ ਵੀ ਇਹ ਜ਼ਰੂਰ ਮਦਦ ਕਰਦਾ ਹੈ ਸੋ ਰਾਤ ਨੂੰ ਵੀ ਸੌਣ ਤੋਂ ਪਹਿਲਾਂ ਤੁਸੀਂ ਆਪਣੇ ਫੇਸ 'ਤੇ ਅਪਲਾਈ ਜ਼ਰੂਰ ਕਰ ਸਕਦੇ ਹੋ ਅਗਲੀ ਜੇਕਰ ਮੈਂ ਗੱਲ ਕਰਾਂ ਬਹੁਤ ਹੀ ਵਧੀਆ ਇਫੈਕਟਿਵ ਫੇਸ ਪੈਕ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਚੀਜ਼ਾਂ ਕਿਹੜੀਆਂ-ਕਿਹੜੀਆਂ ਚਾਹੀਦੀਆਂ ਤੁਸੀਂ ਨੋਟ ਕਰਕੇ ਰੱਖ ਲਓ ਇਸ ਲਈ ਤੁਹਾਨੂੰ ਚਾਹੀਦਾ ਹੈ ਜੀ ਇੱਕ ਚਮਚ ਔਰੈਂਜ ਪੀਲ ਪਾਊਡਰ ਯਾਨੀ ਕਿ ਜਿਹੜਾ ਸੰਤਰੇ ਦਾ ਛਿਲਕਾ ਹੁੰਦਾ ਉਸ ਦਾ ਜਿਹੜਾ ਸੁਕਾ ਕੇ ਪਾਊਡਰ ਬਣਾਇਆ ਹੁੰਦਾ ਹੈ ਕਈ ਲੋਕ ਤਾਂ ਆਪਣੇ ਘਰ ਵਿੱਚ ਹੀ ਆਪਣਾ ਗਰਮ ਸਰਦੀਆਂ ਵਿੱਚ ਜਦੋਂ ਸੰਤਰੇ ਆਉਂਦੇ ਨੇ ਉਦੋਂ ਉਸ ਦੇ ਛਿਲਕੇ ਨੂੰ ਸੁਕਾ ਕੇ ਪਾਊਡਰ ਬਣਾ ਕੇ ਰੱਖਦੇ ਨੇ ਤਾਂ ਤੁਸੀਂ ਬਾਜ਼ਾਰੋਂ ਵੀ ਆਰਾਮ ਨਾਲ ਇਹ ਲੈ ਸਕਦੇ ਹੋ ਸ਼ਾਪਸੋਂ ਆਰਾਮ ਨਾਲ ਤੁਹਾਨੂੰ ਮਿਲ ਜਾਏਗਾ ਅੱਛੀ ਕੰਪਨੀ ਦਾ ਲਓ ਜਿਸ ਦੇ ਵਿੱਚ ਕਿ ਪਤਾ ਹੋਵੇ ਕਿ ਕੋਈ ਕੈਮੀਕਲ ਜਾਂ ਮਿਲਾਵਟ ਨਾ ਕੀਤੀ ਗਈ ਹੋਵੇ ਸੋ ਇੱਕ ਚਮਚ ਤੁਸੀਂ ਲਿਆ ਔਰੈਂਜ ਪੀਲ ਪਾਊਡਰ ਔਰ ਇੱਕ ਚਮਚ ਤੁਸੀਂ ਲੈ ਲਓ ਨਾਲ ਜਿਹੜੀ ਮਲਤਾਨੀ ਮਿੱਟੀ ਹੁੰਦੀ ਹੈ ਅੱਧਾ ਚਮਚ ਤੁਸੀਂ ਇਸ ਦੇ ਵਿੱਚ ਪਾ ਲੋ ਜੀ ਮੁਲੱਠੀ ਪਾਊਡਰ ਮੁਲੱਠੀ ਦੇ ਵਿੱਚ ਕੁਝ ਅਜਿਹੇ ਕੰਪਾਉਂਡਸ ਹੁੰਦੇ ਨੇ ਜੋ ਸਾਡੀ ਜਿਹੜੀ ਸਕਿਨ ਟੋਨ ਹੈ ਉਸ ਨੂੰ ਬ੍ਰਾਈਟ ਕਰਨ ਵਿੱਚ ਮਦਦ ਕਰਦੇ ਆ ਸਨ ਟੈਨਿੰਗ ਹੋ ਜਾਂਦੀ ਹੈ ਤਾਂ ਸਾਰੇ ਅਸੀਂ ਜਾਣਦੇ ਆ ਕਿ ਗਰਮੀਆਂ ਦੇ ਵਿੱਚ ਜੋ ਹੈ ਡਾਰਕਨੈਸ ਫੇਸ 에 ਜ਼ਰੂਰ ਨਜ਼ਰ ਆਣ ਲੱਗਦੀ ਹੈ ਤਾਂ ਮੁਲੱਠੀ ਪਾਊਡਰ ਜੋ ਹੈ ਇਥੇ ਸਕਿਨ ਨੂੰ ਲਾਈਟ ਕਲਰ ਦੇਣ ਦੇ ਵਿੱਚ ਮਦਦ ਕਰਦਾ ਹੈ ਸੋ ਬ੍ਰਾਈਟ ਸਕਿਨ ਦੇ ਲਈ ਅਸੀਂ ਮੁਲੱਠੀ ਪਾਊਡਰ ਨਾਲ ਐਡ ਕੀਤਾ ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਤੁਸੀਂ ਪਾਓਗੇ ਦੁੱਧ ਜੀ ਹਾਂ ਕੱਚਾ ਦੁੱਧ ਲੈ ਲਓ ਅਗਰ ਕੱਚਾ ਦੁੱਧ ਨਹੀਂ ਹੈ ਨੋਰਮਲ ਜਿਹੜਾ ਬੋਇਲ ਕਰਕੇ ਰੱਖਿਆ ਦੁੱਧ ਹੈ ਠੰਡਾ ਦੁੱਧ ਫ੍ਰਿਜ ਵਿੱਚ ਪਿਆ ਉਹ ਤੁਸੀਂ ਇਸ ਦੇ ਵਿੱਚ ਐਡ ਕਰੋ ਦੁੱਧ ਨਹੀਂ ਵੀ ਹੈ ਤਾਂ ਤੁਸੀਂ ਇਸ ਦੇ ਵਿੱਚ ਪਾਣੀ ਪਾ ਸਕਦੇ ਹੋ ਔਰ ਇਸ ਨੂੰ ਪੇਸਟ ਬਣਾ ਲਓ گاੜਾ ਜਿਹਾ ਪੇਸਟ ਜਦ ਬਣ ਜਾਏਗਾ ਜਿਹੜਾ ਆਪਾਂ ਕਲੀਨ ਫੇਸ ਕੀਤਾ ਆਪਣਾ अपने फेस उपर इस फेस पैक नई करो एक बार एक लेर लगाओगे बाद एक होर लेयर लगा लो थोड़ा चिर दस पंद्रह मिनट भी मिनट लगा के रखो जो तो सुख जाएगा तो इस जो है धोन तो पहला इन धोना भी बड़े ध्यान दे है पहला अपने फेस ऊपर पानी के छिट्टे पाओ क्योंकि पूरी तरह सुक् चुकया चुक होंगे बहुत ही आकड़ चुकया होंदर एकदम बहुत हार्डली जो है रब नहीं करना है ता कि जो है स्किन के ऊपर ना पैन हल्का जहां पहला गिला करके हल्के हल्के सॉफ्टली बड़ा जेंटली रब करते हुए इस フェイスパック ਨੂੰ ਤੁਸੀਂ ਪਾਣੀ ਦੇ ਨਾਲ ਧੋ ਲੈਣਾ ਹੈ ਔਰ ਇਹ ਫੇਸ ਪੈਕ ਤੁਸੀਂ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਲਗਾ ਸਕਦੇ ਹੋ ਤਾਂ ਤੁਸੀਂ ਇੱਕ ਅਲੱਗ ਹੀ ਨਿਖਾਰ ਇਹਨਾਂ ਗਰਮੀਆਂ ਵਿੱਚ ਆਪਣੀ ਸਕਿਨ ਤੇ ਜ਼ਰੂਰ ਦੇਖਣ ਵਾਲਿਓ ਸੋ ਜਿੰਨੀਆਂ ਵੀ ਇਹ ਹਰਬਲ ਚੀਜ਼ਾਂ ਹੁੰਦੀਆਂ ਹੋਮ ਰੈਮਡੀਜ਼ ਹੁੰਦੀਆਂ ਤਾਂ ਹੀ ਇਫੈਕਟਿਵ ਹੁੰਦੀਆਂ ਜਦੋਂ ਅਸੀਂ ਲਗਾਤਾਰ ਇਹਨਾਂ ਨੂੰ ਯੂਜ਼ ਕਰ ਰਹੇ ਹੁੰਨੇ ਆ ਸੋ ਅਸੀਂ ਕਈ ਵਾਰੀ ਦੇਖਦੇ ਆ ਕਿ ਕੋਈ ਮਹਿੰਗੇ ਮਹਿੰਗੇ ਪ੍ਰੋਡਕਟ ਯੂਜ਼ ਕਰਕੇ ਵੀ ਉਹ ਨਿਖਾਰ ਨਹੀਂ ਆਂਦਾ ਜਿਹੜੀ ਅਸੀਂ ਇਹ ਨਾਰਮਲ ਜੀਆਂ ਹੋਮ ਰੈਮਡੀਜ਼ ਦੇ ਨਾਲ ਅਪਣਾ ਸਕਦੇ ਆ ਸੋ ਇਸ ਦੇ ਨਾਲ-ਨਾਲ ਅਗਰ ਆਪਾਂ ਦੂਜੀ ਸਾਈਡ ਤੇ ਗੱਲ ਕਰੀਏ ਕਿ ਸਾਨੂੰ ਆਪਣੇ ਖਾਣ-ਪੀਣ ਜਿਹੜਾ ਕੀ ਰੱਖਣਾ ਚਾਹੀਦਾ ਹੈ ਤਾਂ ਕਿ ਸਾਡੀ ਸਕਿਨ ਵਧੀਆ ਬਣੀ ਰਹੇ ਤਾਂ ਦੇਖੋ ਸਾਰੇ ਜਾਣਦੇ ਆ ਕਿ ਗਰਮੀਆਂ ਵਿੱਚ ਸਕਿਨ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਪੀਂਦੇ ਰਹੋ ਔਰ ਜਿਹੜਾ ਗੂੰਦ ਕਤੀਰਾ ਹੈ ਗੂੰਦ ਕਤੀਰਾ ਤਾਂ ਦੇਖੋ ਸਕਿਨ ਦੇ ਲਈ ਵੀ ਅੱਛਾ ਹੈ ਡਾਈਜੈਸ਼ਨ ਦੇ ਲਈ ਵੀ ਅੱਛਾ ਹੈ ਸਾਡੀ ਬਾਡੀ ਦਾ ਜਿਹੜਾ ਟੈਂਪਰੇਚਰ ਹਾਈ ਜਾ ਰਿਹਾ ਹੁੰਦਾ ਹੈ ਹੀਟ ਬਹੁਤ ਜ਼ਿਆਦਾ ਹੋ ਰਹੀ ਹੁੰਦੀ ਹੈ ਬਾਡੀ ਵਿੱਚ ਤਾਂ ਉਸ ਨੂੰ ਵੀ ਕੂਲਿੰਗ ਇਫੈਕਟ ਦੇਣ ਦੇ ਵਿੱਚ ਗੂਨ ਕਤੀਰਾ ਬਹੁਤ ਜ਼ਿਆਦਾ ਮਦਦ ਕਰਦਾ ਹੈ ਇੱਕ ਦੋ ਚਮਚ ਗੂਨ ਕਤੀਰੇ ਦੇ ਤੁਸੀਂ ਇੱਕ ਡੰਗ ਪਾਣੀ ਵਿੱਚ ਅਗਰ ਪਾ ਕੇ ਰੱਖ ਦਿਓ ਔਰ ਪੂਰੀ ਰਾਤ ਉਹ ਫੁੱਲ ਜਾਂਦਾ ਹੈ اچھی طرح ਨਾਲ ਤੇ ਉਸ ਨੂੰ ਤੁਸੀਂ ਫ੍ਰਿਜ ਵਿੱਚ ਰੱਖ ਲਓ ਕੋਈ ਵੀ ਚੀਜ਼ ਬਣਾ ਰਹੇ ਹੋ ਲਿਕਵਿਡ ਜਿਵੇਂ ਨਿੰਬੂ ਪਾਣੀ ਹੈ ਸ਼ਰਬਤ ਹੈ ਉਸ ਦੇ ਵਿੱਚ ਤੁਸੀਂ ਇਹ ਗੂਨ ਕਤੀਰਾ ਐਡ ਕਰਕੇ ਨਾਲ ਦਿਨ ਵਿੱਚ ਦੋ ਜਾਂ ਤਿੰਨ ਵਾਰ ਜ਼ਰੂਰ ਖਾ ਸਕਦੇ ਹੋ ਬੱਚਿਆਂ ਨੂੰ ਖਿਲਾਓ ਵੱਡਿਆਂ ਨੂੰ ਖਿਲਾਓ ਇਹ ਕੂਲਿੰਗ ਇਫੈਕਟ ਜੋ ਹੈ ਬਾਡੀ ਵਿੱਚ ਬਣਿਆ ਰਹਿੰਦਾ ਹੈ ਗੂਨ ਕਤੀਰਾ ਪਾਣੀ ਨੂੰ ਆਪਣੇ ਅੰਦਰ ਸੋਕ ਕੇ ਰੱਖਦਾ ਹੈ ਜਿਸ ਕਰਕੇ ਬਾਡੀ ਵੀ ਹਾਈਡਰੇਟ ਬਣੀ ਰਹਿੰਦੀ ਹੈ ਗੋងਕ ਤੀਰਾ ਜਿੱਥੇ ਮੈਂ ਤੁਹਾਨੂੰ ਖਾਣ ਦੀ ਗੱਲ ਕਰ ਰਹੀ ਆ ਇਹ ਗੋងਕ ਤੀਰਾ ਤੁਸੀਂ ਆਪਣੇ ਫੇਸ ਤੇ ਵੀ ਲਗਾ ਸਕਦੇ ਹੋ ਕਿਉਂਕਿ ਜਦੋਂ ਅਸੀਂ ਕਈ ਵਾਰੀ ਬਹੁਤ ਜ਼ਿਆਦਾ ਧੁੱਪ ਦੇ ਵਿੱਚ ਬਾਹਰ ਆ ਰਹੇ ਹਾਂ ਸਕਿਨ ਤਾਂ ਬਹੁਤ ਬਰਨ ਹੋ ਰਿਆ ਹੁੰਦਾ ਜਲਨ ਫੀਲ ਹੋ ਰਹੀ ਹੁੰਦੀ ਹੈ ਤਾਂ ਅਗਰ ਤੁਸੀਂ ਗੋងਕ ਤੀਰਾ ਅਗਰ ਬ ਬਣਾ ਕੇ ਰੱਖਿਆ ਯਾਨੀ ਕਿ ਜੋ ਅਸੀਂ ਰਾਤ ਨੂੰ ਪਿਗੋ ਕੇ ਰੱਖਿਆ ਇੱਕ ਡੂੰਗਾ ਤਿਆਰ ਕੀਤਾ ਹੋਇਆ ਹੈ ਤਾਂ ਤੁਸੀਂ ਘਰ ਆ ਕੇ ਫੇਸ واਸ਼ ਕਰਕੇ ਉਸ ਉੱਪਰ ਗੁੰਦ ਤੀਰਾ ਜਿਹੜਾ ਹੈ ਆਪਣੇ ਫੇਸ ਤੇ ਲਗਾ ਸਕਦੇ ਹੋ ਠੰਡਕ ਵੀ ਮਿਲੇਗੀ ਔਰ ਜਿਹੜਾ ਸਨ ਬੰਦ ਦੇ ਨਾਲ ਸਾਡੀ ਸਕਿਨ ਡੈਮੇਜ ਹੋ ਰਹੀ ਹੈ ਉਹ ਵੀ ਠੀਕ ਹੋ ਜਾਏਗੀ ਇਸ ਦੇ ਨਾਲ-ਨਾਲ ਮੈਂ ਤੁਹਾਨੂੰ ਦੱਸੂਗੀ ਖੀਰਾ ਵੀ ਸਾਡੇ ਘਰਾਂ ਵਿੱਚ ਹੁੰਦਾ ਹੈ ਤੇ ਜਿਨ੍ਹਾਂ ਨੂੰ ਸਨ ਬੰਦ ਦੀ ਪ੍ਰੋਬਲਮ ਹੈ ਟੈਨਿੰਗ ਹੋ ਗਈ ਹੈ ਤਾਂ ਤੁਸੀਂ ਖੀਰਾ ਕद्दूकस ਕਰਕੇ ਜੋ ਹੈ ਆਪਣੇ ਪੂਰੇ ਫੇਸ ਤੇ ਲਗਾ ਕੇ ਰੱਖੋ ਔਰ ਇਸ ਦੇ ਨਾਲ ਵੀ ਜੋ ਹੈ ਕੂਲਿੰਗ ਇਫੈਕਟ ਵੀ ਮਿਲੇਗਾ ਤੁਹਾਡੀ ਜਿਹੜੀ ਸੰਬੰਧ ਦੇ ਨਾਲ ਰੈਸ਼ੀਜ਼ ਵੀ ਕਈਆਂ ਦੇ ਰੈਡਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਸ ਵਿੱਚ ਵੀ ਹੈਲਪ ਕਰੇਗਾ ਅਗਰ ਆਪਾਂ ਗੱਲ ਕਰੀਏ ਆਲੂ ਆਲੂ ਦਾ ਜਿਹੜਾ ਰਸ ਹੈ ਪਾਣੀ ਅਗਰ ਤੁਸੀਂ ਇਸ ਨੂੰ ਕद्दूकस ਕਰਕੇ ਕੱਢ ਲੈਨੇ ਹੋ ਇਹ ਵੀ ਬਹੁਤ ਜ਼ਿਆਦਾ ਤੁਹਾਡੇ ਲਈ ਵਧੀਆ ਰਹਿਣ ਵਾਲਾ ਹੈ ਈਵਨ ਜਿਨ੍ਹਾਂ ਦੇ ਡਾਰਕ ਸਰਕਲਸ ਵੀ ਪ੍ਰੋਬਲਮ ਹੁੰਦੀ ਹੈ ਉਹ ਵੀ ਆਲੂ ਦਾ ਰਸ ਜੋ ਹੈ ਜਾਂ ਆਲੂ ਕद्दूकस ਕਰਕੇ ਤੁਸੀਂ ਆਪਣੇ ਆਈਸ ਤੇ ਅੰਡਰ ਆਈਸ ਤੇ ਪੂਰੇ ਫੇਸ ਤੇ ਵੀ ਲਗਾ ਸਕਦੇ ਹੋ ਈਵਨ ਜਿਨ੍ਹਾਂ ਨੂੰ ਬਲੈਮਿਸ਼ੀਜ਼ ਦੀ ਅਗਰ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੇ ਡਾਰਕ ਸਪੌਟਸ ਫੇਸ ਦੇ ਉੱਪਰ ਹੈ ਤਾਂ ਤੁਸੀਂ ਉੱਥੇ ਵੀ ਇਹ ਚੀਜ਼ਾਂ ਅਪਲਾਈ ਕਰੋ ਰੈਗੂਲਰ ਜੇ ਤੁਸੀਂ ਯੂਜ਼ ਕਰੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਰਕ ਜ਼ਰੂਰ ਮਿਲਣ ਹੀ ਵਾਲਾ ਹੈ ਔਰ ਇੱਕ ਹੋਰ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਜਦੋਂ ਆਪਾਂ ਇਹ ਫੇਸ ਪੈਕ ਜਿਹੜਾ ਲਗਾਇਆ ਸੀ ਜਦੋਂ ਧੋ ਲਿਆ ਤਾਂ ਉਸ ਤੋਂ ਬਾਅਦ ਕੋਈ non greasy moisturizer face pe zarur laga lo garmi hai chahe par skin dry kabhi bhi nahi honi chahiye aur agar tusi kithe bhi bahar ja rahe ho ta sunscreen lotion zarur face pe lagana hai garmi jis tarike naal se dekh rahe hain uv rays de naal saadi skin da bahut zyada damage hunda hai so din de vich 3 vaar tano sunscreen lotion lagana chahiye jivein ki tusi karo nikalne lagge ho aadha ghanta pehla subhere tusi lagaya us baad dopahar nu bhi ek vaari normal pani de naal face wash karo ਉਦੋਂ ਵੀ ਫਿਰ ਤੁਸੀਂ ਸਨਸਕ੍ਰੀਨ ਲੋਸ਼ਨ ਲਗਾਓ ਫਿਰ ਸ਼ਾਮ ਨੂੰ 4 ਵਜੇ ਫਿਰ ਫੇਸ واਸ਼ ਕਰਕੇ ਫਿਰ ਸਨਸਕ੍ਰੀਨ ਲੋਸ਼ਨ ਲਗਾਓ ਕਿਉਂਕਿ ਜਿਹਨਾਂ ਦੀ ਸਕਿਨ ਸੈਂਸਿਟਿਵ ਹੈ ਉਹਨਾਂ ਲਈ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਆਪਨੇ ਸਕਿਨ ਦੀ ਕੇਅਰ ਕਰਨਾ ਅਗਰ ਮੈਂ ਜੋ ਫੇਸ ਪੈਕ ਦੱਸਿਆ ਇਹ ਸਾਰੀ ਚੀਜ਼ਾਂ ਇਕੱਠੀਆਂ ਨਹੀਂ ਵੀ ਹੋ ਪਾਰੀਆਂ ਤਾਂ ਜਿਹੜੀ ਮੁਲਤਾਨੀ ਮਿੱਟੀ ਹੈ ਸਿਰਫ ਔਰ ਸਿਰਫ ਮੁਲਤਾਨੀ ਮਿੱਟੀ ਵੀ ਤੁਸੀਂ ਰੋਜ਼ ਵਾਟਰ ਵਿੱਚ ਘੋਲ ਕੇ ਅਗਰ ਫੇਸ ਪੈਕ ਬਣਾ ਕੇ ਫੇਸ ਤੇ ਲਗਾਉਂਦੇ ਹੋ ਤਾਂ ਕਈਆਂ ਦੀ ਜਿਵੇਂ ਸਕਿਨ ਤੇ ਫੇਸ ਉੱਪਰ ਵੀ ਪਿਤ ਨਿਕਲੇ ਆਂਦੀ ਪਿੰਪਲਸ ਨਿਕਲੇ ਆਂਦੇ ਨੇ ਉਹਨਾਂ ਲਈ ਇਹ ਮਲਤਾਨੀ ਮਿੱਟੀ ਬਹੁਤ ਹੀ ਵਧੀਆ ਰਹਿਣ ਵਾਲੀ ਹੈ ਸੋ ਆਪਣੀ ਸਕਿਨ ਦੇ ਲਈ ਤੁਹਾਨੂੰ ਖੁਦ ਮਿਹਨਤ ਕਰਨੀ ਹੀ ਪੈਗੀ ਤਾਂ ਕਿ ਵਧੀਆ ਗਲੋਇੰਗ ਬਣੀ ਰਹੇ ਔਰ ਹਾਂ ਜਦੋਂ ਆਪਾਂ ਬਾਹਰ ਜਾਣੇ ਆ ਗਰਮੀਆਂ ਵਿੱਚ ਇਹ ਜ਼ਰੂਰ ਧਿਆਨ ਰੱਖੋ ਕਿ ਸੁਤੀ ਕਪੜੇ ਪਾਓ ਤਾਂ ਕਿ ਜੋ ਹੈ ਪਸੀਨਾ ਬਹੁਤ ਜ਼ਿਆਦਾ ਜਿਹੜਾ ਆਂਦਾ ਹੈ ਉਹ ਨਾਲ ਦੇ ਨਾਲ ਸੁੱਕਦਾ ਵੀ ਰਵੇ ਜਦੋਂ ਤੁਸੀਂ ਸਿੰਥੈਟਿਕ ਕਪੜੇ ਪਾਣੇ ਆ ਪਸੀਨਾ ਰਹਿੰਦਾ ਔਰ ਜਦੋਂ ਪਸੀਨਾ ਉਹਦੇ ਵਿੱਚ ਸੁੱਕਦਾ ਨਹੀਂ ਹੈ ਤਾਂ ਉਸ ਦੇ ਨਾਲ ਉੱਥੇ ਜਰਮਸ ਬੈਕਟੀਰੀਆ ਬਣਨੇ ਸ਼ੁਰੂ ਹੋ ਜਾਂਦੇ ਨੇ ਜਿਸ ਦੇ ਨਾਲ ਫਿਰ ਪਸੀਨੇ ਦੀ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ ਸੋ ਖੁਦ ਨੂੰ ਹਾਈਜੀਨ ਰੱਖਣ ਦੇ ਲਈ ਸਾਨੂੰ ਆਪਣੀਆਂ ਕੁਝ ਆਦਤਾਂ ਵੀ ਜ਼ਰੂਰ ਸੁਧਾਰਨੀਆਂ ਚਾਹੀਦੀਆਂ ਮਸਾਲੇਦਾਰ ਖਾਣਾ ਬਿਲਕੁਲ ਵੀ ਗਰਮੀਆ ਵਿੱਚ ਨਹੀਂ ਖਾਣਾ ਚਾਹੀਦਾ ਇਸ ਦੇ ਨਾਲ ਵੀ ਸਵੈਟਿੰਗ ਬਹੁਤ ਜ਼ਿਆਦਾ ਹੁੰਦੀ ਹੈ ਔਰ ਜਿਹੜਾ ਹੀਟ ਬਹੁਤ ਜ਼ਿਆਦਾ ਜਨਰੇਟ ਹੁੰਦੀ ਹੈ ਬਾਡੀ ਦੇ ਵਿੱਚ ਸੋ ਕੁੱਲ ਮਿਲਾ ਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਖੁਦ ਨੂੰ ਹੈਲਦੀ ਤਾਂ ਰੱਖੋਗੇ ਹੀ ਨਾਲ ਦੀ ਨਾਲ ਤੁਹਾਡੀ ਸਕਿਨ ਵੀ ਗਲੋਇੰਗ ਔਰ ਵਧੀਆ ਬਣੀ ਹੀ ਰਹੇਗੀ ਸੈਲਡ ਖਾਓ ਫਰੂਟਸ ਖਾਓ ਇਹਨਾਂ ਸਭ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੋ ਔਰ ਫੇਸ ਪੈਕ ਅਪਲਾਈ ਕਰਕੇ ਜ਼ਰੂਰ ਦੇਖਣਾ ਔਰ ਮੈਨੂੰ ਕਮੈਂਟ ਕਰਕੇ ਵੀ ਦੱਸਣਾ ਜੋ ਜੋ ਅਗਰ ਤੁਸੀਂ ਵੀ ਆਪਣੀ ਕੋਈ ਹੋਮ ਰੈਮਡੀ ਅਪਣਾਉਂਦੇ ਹੋ ਤਾਂ ਜ਼ਰੂਰ ਮੇ ਨਾਲ ਸ਼ੇਅਰ ਕਰਨਾ ਕਮੈਂਟਸ ਦੇ ਜ਼ਰੀਏ ਮੈਂ ਤੁਹਾਡੀ ਹੋਮ ਰੈਮਡੀ ਵੀ ਆਪਣੀ ਵੀਡੀਓਜ਼ ਦੇ ਜ਼ਰੀਏ ਜ਼ਰੂਰ ਸ਼ੇਅਰ ਕਰਾਂਗੀ ਤਾਂ ਕਿ ਬਾਕੀ ਵੀ ਤੁਹਾਡੇ ਜੋ ਤੁਸੀਂ ਹੋਮ ਰੈਮਡੀ ਅਪਣਾ ਰਹੇ ਉਸ ਦਾ ਫਾਇਦਾ ਜ਼ਰੂਰ ਲੈ ਸਕਣ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ पेज हले तक फॉलो नहीं किया फॉलो कर लो यूट्यूब चैनल हेल्थ एडवाइस विद हरजोत कौर सबसक्राइब नहीं किया फटाफट फड़ सबसक्राइब भी कर दो मिलेंगे जल्दी ही सेहत न जुड़ी होर जानकारी के फिलहाल ही जी इजाजत सत श्रीकाल